ਸਸੀ ਕਾ ਜੀ ਪ੍ਰੋਪਰ ਵੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ ਕਿ ਵੱਖ-ਵੱਖ ਤਰ੍ਹਾਂ ਦੇ ਕੰਮਾਂ ਲਈ ਈ ਪੰਜਾਬ ਪੋਰਟਲ ਤੋਂ ਵਿਦਿਆਰਥੀਆਂ ਦੀ ਸੂਚਨਾ ਕਿਵੇਂ ਦੇਖ ਸਕਦੇ ਹਾਂ ਈ ਪੰਜਾਬ ਪੋਰਟਲ ਤੋਂ ਸੂਚਨਾ ਦੇਖਣ ਦਾ ਤਰੀਕਾ ਹੀ ਇਸ ਵੀਡੀਓ ਦੇ ਵਿੱਚ ਅਸੀਂ ਸਿੱਖਾਂਗੇ ਇਹ ਆਪਣਾ ਪੋਰਟਲ ਹੈ ਜੀ ਈ ਪੰਜਾਬ ਸਕੂਲ ਸਾਰਿਆਂ ਤੋਂ ਪਹਿਲੀ ਗੱਲ ਤਾਂ ਇਸ ਨੂੰ ਖੋਲਣਾ ਕਿਵੇਂ ਹੈ ਖੋਲਣ ਦਾ ਤਰੀਕਾ ਕੀ ਹੈ ਜੇ ਤੁਹਾਨੂੰ ਡਾਇਰੈਕਟ ਪਤਾ ਹੈ ਤਾਂ ਡਾਇਰੈਕਟ ਖੋਲੋ epunjabschoolgov.in ਜੇ ਨਹੀਂ ਪਤਾ ਤਾਂ Google ਖੋਲੋ Google ਦੇ ਵਿੱਚ ਟਾਈਪ ਕਰੋ epunjab ਇਹ ਪਹਿਲਾ ਹੀ ਲਿੰਕ ਹੈ ਇਹਦੇ ਤੇ ਕਲਿੱਕ ਕਰੋ ਤਾਂ ਇਹ ਹੋਮ ਪੇਜ ਆ ਜਾਏਗਾ ਆਪਣਾ epunjab ਦਾ ਹੁਣ ਲੌਗਇਨ ਕਰਨਾ ਹੈ ਆਪਾਂ ਆਹ ਲੌਗਇਨ ਵਾਲਾ ਕਾਲਮ ਰਿਹਾ ਲੌਗਇਨ ਪਹਿਲਾ ਸਕੂਲ ਆਫਿਸ ਲੌਗਇਨ ਹੈ ਦੂਜਾ ਸਟਾਫ ਲੌਗਇਨ ਹੈ ਸਟਾਫ ਲੌਗਇਨ ਕਰਕੇ ਆਪਾਂ ਆਪਣਾ ਪਰਸਨਲ ਕੋਈ ਵੀ ਇਨਫੋਰਮੇਸ਼ਨ ਅਪਡੇਟ ਕਰ ਸਕਦੇ ਹਾਂ ਦੇਖ ਸਕਦੇ ਹਾਂ ਤੇ ਸਕੂਲ ਆਫਿਸ ਲੌਗਇਨ ਦੇ ਵਿੱਚ ਬੱਚਿਆਂ ਦੀ ਸਟਾਫ ਦੀ ਹੋਰ ਵੀ ਸਾਰੀ ਆਪਾਂ ਸਕੂਲ ਬਾਰੇ ਸਾਰੀ ਇਨਫੋਰਮੇਸ਼ਨ ਪ੍ਰਾਪਤ ਕਰ ਸਕਦੇ ਹਾਂ ਇਹ ਦੋਨਾਂ ਵਾਸਤੇ ਲੌਗਇਨ ਕਰਨ ਵਾਸਤੇ ਯੂਜ਼ਰ ਨੇਮ ਅਡ-ਅਡ ਨੇ ਸਟਾਫ ਲੌਗਇਨ ਦੇ ਵਿੱਚ ਪਰਸਨਲ ਯੂਜ਼ਰ ਨੇਮ ਪਾਸਵਰਡ ਹੋਵੇਗਾ ਕਿਸੇ ਵੀ ਸਟਾਫ ਮੈਂਬਰ ਦਾ ਤੇ ਸਕੂਲ ਆਫਿਸ ਲੌਗਇਨ ਦੇ ਵਿੱਚ ਸਕੂਲ ਦਾ ਯੂਜ਼ਰਨੇਮ ਤੇ ਪਾਸਵਰਡ ਹੋਵੇਗਾ ਇਹ ਦੋਨੇ ਚੀਜ਼ਾਂ ਇਹ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਨੇ ਜੇ ਤੁਸੀਂ ਪਰਸਨਲ ਲੌਗਇਨ ਜੇ ਸਕੂਲ ਲੌਗਇਨ ਕਰਨਾ ਹੈ ਤਾਂ ਸਕੂਲ ਦਾ ਯੂਜ਼ਰਨੇਮ ਪਾਸਵਰਡ ਹੋਣਾ ਚਾਹੀਦਾ ਤੇ ਜੇ ਸਟਾਫ ਦਾ ਕਰਨਾ ਹੈ ਤਾਂ ਸਟਾਫ ਦਾ ਯੂਜ਼ਰਨੇਮ ਪਾਸਵਰਡ ਹੋਣਾ ਚਾਹੀਦਾ ਤਾਂ ਆਪਾਂ ਸਕੂਲ ਦਾ ਲੌਗਇਨ ਕਰਦੇ ਹਾਂ ਜੀ ਹੁਣ ਇਹ ਵਿੰਡੋ ਆ ਗਈ ਇਦੇ ਵਿੱਚ ਆਪਾਂ ਭਰਨਾ ਇੱਥੇ ਯੂਜ਼ਰ ਨੇਮ ਤੇ ਇੱਥੇ ਪਾਸਵਰਡ ਆਪਣੇ ਸਕੂਲ ਦਾ ਜਿਹੜਾ ਹੈਗਾ ਤੇ ਇੱਥੇ ਆ ਕੈਪਚਾ ਕੋਡ ਜਿਹੜਾ ਆ ਹੈਗਾ ਇਹ ਇੱਥੇ ਭਰਨਾ ਇਹਨੂੰ ਭਰਦੇ ਆਂ ਜੀ ਲੌਗਇਨ ਕਰਦੇ ਆਂ ਅੱਗੇ ਦੇਖਦੇ ਆਂ ਫਿਰ ਮੈਂ ਆਪਣੇ ਸਕੂਲ ਦਾ ਯੂਜ਼ਰ ਨੇਮ ਪਾਸਵਰਡ ਭਰਿਆ ਤੇ ਲੌਗਇਨ ਤੇ ਕਲਿੱਕ ਕਰਿਆ ਤਾਂ ਇਹ ਪੇਜ ਆਪਣੇ ਸਾਹਮਣੇ ਆ ਗਿਆ ਇਸ ਡੈਸ਼ਬੋਰਡ ਤੇ ਆ ਸਾਰੇ ਟੈਬ ਨੇ ਜੀ ਸਟਾਫ ਦਾ ਸਟੂਡੈਂਟ ਦਾ ਇਨਫਰਾ ਦਾ ਅਦਰ ਆਈਸੀਟੀ ਅਪਲਾਈ ਗ੍ਰਾਂਟ ਰਿਪੋਰਟ ਇਹਦੇ ਚ ਆਪਾਂ ਸਿਰਫ ਅੱਜ ਦੇਖਾਂਗੇ ਵੀ ਵਿਦਿਆਰਥੀਆਂ ਦੀ ਸੂਚਨਾ ਕਿਵੇਂ ਦੇਖ ਸਕਦੇ ਹਾਂ ਇਸ ਪੋਰਟਲ ਦੇ ਵਿੱਚ ਇੱਕ ਸਾਰਿਆਂ ਤੋਂ ਜਿਹੜਾ ਇੰਪੋਰਟੈਂਟ ਟੈਬ ਹੈਗਾ ਉਹ ਹੈ ਰਿਪੋਰਟ ਦਾ ਜੀ ਤੁਸੀਂ ਕੋਈ ਵੀ ਸੂਚਨਾ ਲੈਣੀ ਹੈ ਤਾਂ ਰਿਪੋਰਟ ਤੇ ਕਲਿੱਕ ਕਰਨਾ ਹੈ ਪਹਿਲਾ ਸਟੈਪ ਰਿਪੋਰਟ ਤੇ ਕਲਿੱਕ ਕਰੋ ਰਿਪੋਰਟ ਡੈਸ਼ਬੋਰਡ ਖੁੱਲੇਗਾ ਆ ਦੇਖੋ ਜੀ ਰਿਪੋਰਟ ਡੈਸ਼ਬੋਰਡ ਖੁੱਲ ਗਿਆ ਇਹਦੇ ਚ ਆ 17 ਰਿਪੋਰਟ ਨੇ ਆਪਾਂ ਕੋਈ ਵੀ ਪ੍ਰਿੰਟ ਕਰ ਸਕਦੇ ਆ ਠੀਕ ਹੈ ਕਿਹੜੀਆਂ-ਕਿਹੜੀਆਂ ਨੇ ਦੇਖਦੇ ਆ ਪਹਿਲੀ ਹੈ ਨੰਬਰ ਆਫ ਸਟੂਡੈਂਟਸ ਵਾਈ ਕਲਾਸ ਜੇ ਆਪਾਂ ਆਪਣੇ ਸਕੂਲ ਦੇ ਟੋਟਲ ਬੱਚੇ ਦੇਖਣੇ ਹਨ ਤਾਂ ਇਹਦੇ ਤੇ ਕਲਿੱਕ ਕਰਨਾ ਹੈ ਕਲਿੱਕ ਕਰੋ ਹੁਣ ਇੱਥੇ ਆ ਪੁੱਛ ਰਿਹਾ ਕਾਸਟ ਵੀ ਸਾਰੇ ਦੇਖਣੇ ਹਨ ਰਿਲੀਜੀਅਨ ਪੁੱਛ ਰਿਹਾ ਤਾਂ ਮੈਂ ਇਥੇ ਆਲ ਤੇ ਕਲਿੱਕ ਕਰਕੇ ਸਾਰੀ ਜਗ੍ਹਾ ਮੀਡੀਅਮ ਵਾਲੇ ਵੀ ਦੇ ਬੀਪੀਐਲ ਵਾਲੇ ਵੀ ਸ਼ੋ ਕਰ ਦੇਣਾ ਠੀਕ ਹੈ ਆ ਦੇਖੋ ਇਹ ਰਿਪੋਰਟ ਆ ਗਈ ਮਨ ਲਓ ਆਪਾਂ 6ਵੀਂ ਕਲਾਸ ਦੇ ਇਨਚਾਰਜ ਆ 6ਵੀਂ A ਸੈਕਸ਼ਨ ਦੇ ਆ 6th ਕਲਾਸ ਹੋਗੀ A ਸੈਕਸ਼ਨ ਹੈ ਇੰਨੇ ਮੁੰਡੇ ਨੇ ਇੰਨੇ ਕੁੜੀਆਂ ਨੇ ਆ ਇੰਨੇ ਟੋਟਲ ਇਹ ਆਪਣੀ ਟੋਟਲ ਸਟਰੈਂਥ ਹੈ ਪੂਰੇ ਸਕੂਲ ਦੀ ਕਲਾਸ ਵਾਈਜ਼ ਮੁੰਡੇ ਕੁੜੀਆਂ ਵਾਈ ਠੀਕ ਹੈ ਇਹ ਪਹਿਲੀ ਰਿਪੋਰਟ ਹੈ ਇਹਦੇ ਚ ਵੀ ਆਪਾਂ ਆਪਣੀ ਇੱਛਾ ਅਨੁਸਾਰ ਖੋਲ ਸਕਦੇ ਆ ਜਿਹੜੇ BPL ਹੈਗੇ ਨੇ ਜਾਂ ਨਹੀਂ ਨੇ ਤੇ ਉਹ ਉਹਨਾਂ ਨੂੰ ਆਪਾਂ ਦੇਖ ਸਕਦੇ ਆ ਆ ਦੇਖੋ ABPL ਦੀ ਰਿਪੋਰਟ ਹੈ ਮੰਨ ਲਓ 6 ਮੀ ਇਹਦਾ ਦੇਖਣਾ ਹੈ ਦੋ ਮੁੰਡੇ ਤੋਂ ਦੋ ਕੁੜੀਆਂ ABPL ਨੇ ਠੀਕ ਹੈ ਡਿਸੇਬਿਲਟੀ ਵਾਲੇ ਦੇਖਣੇ ਨੇ ਆ ਸਾਰੀ ਡਿਸੇਬਿਲिटीज ਹੈਗੀਆਂ ਨੇ ਜਿਹੜੀ ਵੀ ਸਿਲੈਕਟ ਕਰੋਗੇ ਉਹਦੇ ਹਿਸਾਬ ਨਾਲ ਇੱਥੇ ਆਪਾਂ ਦੇਖ ਸਕਦੇ ਆ ਕਿੰਨੇ ਮੀਡੀਅਮ ਮੀਡੀਅਮ ਪੰਜਾਬੀ ਵਾਲੇ ਅੰਗਰੇਜ਼ੀ ਵਾਲੇ ਕਿੰਨੇ ਨੇ ਇੰਗਲਿਸ਼ ਸਿਲੈਕਟ ਕਰਦੇ ਆ ਸ਼ੋ ਆ ਇਹ ਨੇ ਇੰਗਲਿਸ਼ ਮੀਡੀਅਮ ਦੇ ਬੱਚੇ ਨੇ ਠੀਕ ਹੈ ਰਿਲੀਜੀਅਨ ਦੇ ਦੇਖਣੇ ਹੋਣ ਆਪਾਂ Hindu, Sikh, Muslim ਜਿਹੜੇ ਦੇਖਣੇ ਆ ਉਸ ਸਿਲੈਕਟ ਕਰੋ 쇼 ਆ ਦੇਖੋ ਆ ਡਾਟੀ ਲੱਗ ਠੀਕ ਹੈ ਹੁਣ ਏਸੀ ਪਹਿਲੀ ਰਿਪੋਰਟ ਨੰਬਰ ਆਫ ਸਟੂਡੈਂਟਸ ਤੇ ਟੋਟਲ ਨੰਬਰ ਆਫ ਸਟੂਡੈਂਟ ਬਾਈ ਚਾਂਸ ਆਪਾਂ ਚੈੱਕ ਕਰਨੇ ਆ ਮੰਨ ਲਓ ਜਿਹੜੇ ਆਪਣੇ ਰਿਕਾਰਡ ਦੇ ਵਿੱਚ ਮੈਨੂਅਲੀ ਆਪਾਂ ਚੜਾਏ ਹੋਏ ਨੇ ਰਜਿਸਟਰ ਦੇ ਵਿੱਚ ਉਸ ਰਜਿਸਟਰ ਨਾਲ ਆਪਣਾ ਰਿਕਾਰਡ ਮੈਚ ਹੁੰਦਾ ਤਾਂ ਇੱਥੋਂ ਆਪਾਂ ਆਪਣੀ ਰਿਪੋਰਟ ਚੈੱਕ ਕਰ ਸਕਦੇ ਆ ਰਿਪੋਰਟ ਦੇ ਵਿੱਚ ਜਾ ਕੇ ਠੀਕ ਹੈ ਏਸੀ ਆਪਣੀ ਪਹਿਲੀ ਰਿਪੋਰਟ ਦੂਸਰੀ ਹੈ ਨੰਬਰ ਆਫ ਸਟੂਡੈਂਟਸ ਬਾਏ ਏਜ ਐਂਡ ਕਲਾਸ ਨੰਬਰ ਆਫ ਸਟੂਡੈਂਟ ਬਾਏ ਏਜ ਐਂਡ ਕਲਾਸ ਸ਼ੋ ਆ ਦੇਖੋ ਏਜ ਵਾਈ ਆਏ ਇਹਦੀ ਆਪਾਂ ਨੂੰ ਵੈਸੇ ਡਾਈਸ ਵਗੈਰਾ ਪਰਚ ਲੋਡ ਪੈਂਦੀ ਹੈ ਇੱਥੇ ਕੋਈ ਜ਼ਰੂਰਤ ਨਹੀਂ ਪੈਂਦੀ ਖਾਸ ਦੂਜਾ ਟੈਬ ਜਿਹੜਾ ਕਾਫੀ ਜ਼ਰੂਰੀ ਹੁੰਦਾ ਹੈ ਨੰਬਰ ਆਫ ਸਟੂਡੈਂਟਸ ਬਾਏ ਕਾਸਟ ਐਂਡ ਕਲਾਸ हां ਹੁਣ ਦੇਖੋ ਸ਼ੋ ਹੁਣ ਦੇਖੋ ਆ ਆ ਗਏ ਆਪਣੇ ਕੋਲ ਇੰਨੇ ਜਰਨਲ ਬੱਚੇ ਨੇ ਇੰਨੇ OBC ਬੱਚੇ ਨੇ ਇੰਨੇ SC ਨੇ ਇੰਨੇ ਟੋਟਲ ਨੇ ਆ ਸਾਰੀ ਕਲਾਸਾਂ ਦਾ ਟੋਟਲ ਹੈ ਅਗਲਾ ਹੈ ਨੰਬਰ ਆਫ ਸਟੂਡੈਂਟਸ ਬਾਏ ਰਿਲੀਜੀਅਨ ਆਪਾਂ ਦੇਖਣੇ ਆ ਧਰਮ ਦੇ ਅਨੁਸਾਰ ਕਈ ਵਾਰੀ ਇਹ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਮਿਨੋਰਟੀ ਸਕਾਲਰਸ਼ਿਪ ਬਾਰੇ ਅਪਲਾਈ ਕਰਨ ਵਾਸਤੇ ਕਿਹੜੇ ਮੁਸਲਮਾਨ ਨੇ ਕਿਹੜੇ ਸਿੱਖ ਨੇ ਉਹ ਬੱਚੇ ਆਪਾਂ ਦੇਖਣੇ ਆ ਤਾਂ ਆਪਾਂ ਇੱਥੋਂ ਦੇਖ ਸਕਦੇ ਹਾਂ ਕਿ ਕਿੰਨੇ ਬੱਚਿਆਂ ਦਾ ਅਪਲਾਈ ਹੋ ਸਕਦਾ ਹੈ ਠੀਕ ਹੈ ਮੰਨ ਲਓ ਆਪਾਂ ਨੂੰ ਸਿੱਖ ਬੱਚਿਆਂ ਦੀ ਲੋੜ ਹੈ ਮੁਸਲਿਮ ਬੱਚਿਆਂ ਦੀ ਲੋੜ ਹੈ ਠੀਕ ਹੈ ਤਾਂ ਉਹ ਆਪਾਂ ਇੱਥੋਂ ਦੇਖ ਸਕਦੇ ਹਾਂ ਇਹ ਚੌਥੀ ਰਿਪੋਰਟ ਹੈ ਉਸ ਤੋਂ ਬਾਅਦ ਪੰਜਵੀਂ ਸਟੂਡੈਂਟ ਬਾਏ ਕਲਾਸ ਐਂਡ ਸਟਰੀਮ ਠੀਕ ਹੈ ਇਹ 11ਵੀਂ 12ਵੀਂ ਤੇ ਲਾਗੂ ਹੋਵੇਗਾ ਆ ਦੇਖੋ 11ਵੀਂ ਦੇ ਨੇ ਇਹ 12ਵੀਂ ਦੇ ਨੇ ਬੱਚੇ ਮੁੰਡੇ ਕੁੜੀਆਂ ਏ ਨੰਬਰ ਸਟੂਡੈਂਟ ਬਾਈ ਸਟਰੀਮ অর ਟ੍ਰੇਡ ਇਹ ਵੀ ਉਹੀ ਹੈ 11ਵੀਂ 12ਵੀਂ ਦੀ ਛੇਵੀਂ ਰਿਪੋਰਟ 7ਵੀਂ ਰਿਪੋਰਟ ਆ ਨੰਬਰ ਆਫ ਸਟੂਡੈਂਟ ਬਾਈ ਕਲਾਸ ਐਂਡ ਡਿਸੇਬਿਲਟੀ ਆ ਦੇਖੋ ਮੰਨ ਲਓ ਆਪਾਂ ਨੂੰ ਇਸ ਡਾਕ ਦੀ ਜ਼ਰੂਰਤ ਹੈ ਭੇਜਣੀ ਹੈ ਵੀ ਕਿੰਨੇ ਡਿਸੇਬਿਲਟੀ ਚ ਬੱਚੇ ਨੇ ਕਿਹੜੀ ਕਿਹੜੀ ਡਿਸੇਬਿਲਟੀ ਚ ਨੇ ਤਾਂ ਇਹ ਉਥੋਂ ਆਪਾਂ ਕਾੜ ਸਕਦੇ ਆ ਇਹ ਕਲਾਸ ਦੇ ਬੱਚੇ ਨੇ ਦੇਖੋ ਠੀਕ ਹੈ ਆ ਇਨ ਨੇ ਟੋਟਲ ਦੇਖੋ ਆਹ ਹੁਣ ਇਹਦੇ ਚ ਇਹਦੇ ਚ ਲੋ ਵਿਜਨ ਚ ਮੈਂਟਲ ਇਨੈਸਟ ਆ ਇਨ ਨੇ ਬੱਚੇ ਨੇ ਇਹ ਆਪਾਂ ਇਥੋਂ ਰਿਪੋਰਟ ਚੋਂ ਇਥੋਂ ਦੇਖ ਸਕਦੇ ਆ ਜੀ ਅੱਗੇ ਆ ਲਿਸਟ ਆਫ ਸਟੂਡੈਂਟਸ ਹਾਂ ਹੁਣ ਮੰਨ ਲਓ ਇਹ ਮੇਨ ਰਿਪੋਰਟ ਹੈ ਜੀ ਸਾਰਿਆਂ ਤੋਂ ਜਿੱਥੋਂ ਆਪਾਂ ਪੂਰਾ ਡਾਟਾ ਬੱਚਿਆਂ ਦਾ ਦੇਖ ਸਕਦੇ ਆ ਮੰਨ ਲਓ ਆਪਣੇ ਕੋਲ 6ਵੀਂ ਕਲਾਸ ਹੈ ਠੀਕ ਹੈ ਏ ਸੈਕਸ਼ਨ ਹੈ ਤਾਂ ਇੱਥੋਂ ਆਪਾਂ ਸ਼ੋ ਕਰਦੇ ਆ ਠੀਕ ਹੈ ਆਹ ਡਿਟੇਲ ਆ ਗਈ ਜੀ ਸਾਰੀ ਦੀ ਸਾਰੀ ਬੱਚਿਆਂ ਦੀ ਠੀਕ ਹੈ ਇਹਦੇ ਚ ਆਹ ਦੇ ਕਾਲਮ ਘੱਟ ਸ਼ੋ ਕਰ ਰਿਹਾ ਜਦੋਂ ਆਪਾਂ ਇਸ ਇਸ ਨੂੰ ਐਕਸਪੋਰਟ ਕਰ ਲਾਂਗੇ ਐਕਸਲ ਦੇ ਵਿੱਚ ਠੀਕ ਹੈ ਤਾਂ ਇਸ ਰਿਪੋਰਟ ਨੂੰ ਆਪਾਂ ਐਕਸਲ ਦੇ ਵਿੱਚ ਐਕਸਪੋਰਟ ਕਰ ਸਕਦੇ ਆ ਆ ਦੇਖੋ ਕਿਵੇਂ ਐਕਸਪੋਰਟ ਟੂ ਐਕਸਲ ਮੈਂ ਐਕਸਪੋਰਟ ਟੂ ਐਕਸਲ ਕਰਿਆ ਤਾਂ ਇੱਥੇ ਫਾਈਲ ਆਪਣੀ ਡਾਊਨਲੋਡ ਹੋ ਜੇਗੀ ਇਹਨੂੰ ਖੋਲਦੇ ਆਂ ਦੇਖੋ ਆ ਦੇਖੋ ਜਿਹੜੀ ਫਾਈਲ ਮੈਂ ਡਾਊਨਲੋਡ ਕਰਿਆ ਉਹ ਐਕਸਲ ਦੇ ਵਿੱਚ ਖੁੱਲ ਗਈ ਐਕਸਲ ਦੀ ਫਾਈਲ ਆ ਗਈ ਆ ਬੱਚੇ ਦੀ ਪੂਰੀ ਡਿਟੇਲ ਹੈ ਜੀ ਡੇਟ ਆਫ ਬਰਥ ਨਾਮ ਮਦਰ ਨੇਮ ਯੂ ਆਈ ਡੀ ਕੀ ਹੈ ਆ ਪੂਰੀ ਡਿਟੇਲ ਹੈ ਮੇਲ ਫੀਮੇਲ ਸੈਕਸ਼ਨ ਕਿਹੜਾ ਹੈ ਆ ਦੇਖੋ ਸਾਰੇ ਇਹਦੇ ਚ ਕਾਲਮ ਨੇ ਕੋਈ ਵੀ ਆਪਾਂ ਨੂੰ ਚੀਜ਼ ਚਾਹੀਦੀ ਹੈ ਇਹਦੀ ਇੱਥੋਂ ਆਪਾਂ ਨੂੰ ਮਿਲ ਸਕਦੀ ਹੈ ਸੂਚਨਾ ਠੀਕ ਹੈ ਪੂਰੀ ਅਕਾਊਂਟ ਨੰਬਰ ਤੱਕ ਸਭ ਇਨਫੋਰਮੇਸ਼ਨ ਇਹਦੇ ਚ ਹੈਗੀ ਹੈ ਆਪਾਂ ਦੇਖ ਸਕਦੇ ਆ ਕਿਹੜੇ ਬੱਚੇ ਦਾ ਅਕਾਊਂਟ ਨਹੀਂ ਚੜਿਆ ਹੈ ਕਿਹੜੇ ਦਾ ਚੜ ਰਿਹਾ ਕੋਈ ਵੀ ਕਿਸੇ ਐਡੀਟਿੰਗ ਕਰਨੀ ਆਪਾਂ ਇਹਦਾ ਇਹਨੂੰ ਡਾਊਨਲੋਡ ਕਰੋ ਇਹਦਾ ਪ੍ਰਿੰਟ ਕੱਢੋ ਤੇ ਮੈਨੂਅਲੀ ਇਹਨੂੰ ਚੈੱਕ ਕਰ ਲਓ ਬਾਅਦ ਚ ਏ ਲੌਗ ਇਨ ਕਰਕੇ ਤੇ ਉੱਥੇ ਐਡੀਟਿੰਗ ਕਰ ਦੋ ਕਿਸੇ ਵੀ ਕਲਾਸ ਦੀ ਆਪਾਂ ਇਸ ਤਰ੍ਹਾਂ ਰਿਪੋਰਟ ਡਾਊਨਲੋਡ ਕਰ ਸਕਦੇ ਆ ਨੈਕਸਟ ਰਿਪੋਰਟ ਹੈ ਜੀ ਸਟੂਡੈਂਟ ਐਂਡ ਸਬਜੈਕਟ ਵਾਈਜ਼ ਰਿਪੋਰਟ ਇਹ ਵੀ ਜ਼ਰੂਰੀ ਹੁੰਦੀ ਹੈ ਕਿਹੜੀ ਕਲਾਸ ਦੀ ਮੰਨ ਲਓ ਦੇਖਣੀ ਹੈ ਕਲਾਸ ਸਿਲੈਕਟ ਕਰੋ ਇੱਥੇ ਐਕਸਪੋਰਟ ਟੂ ਐਕਸਲ ਐਕਸਪੋਰਟ ਟੂ ਐਕਸਲ ਕਰਦੇ ਆ ਤਾਂ ਥੱਲੇ ਫਾਈਲ ਆ ਜਾਂਦੀ ਹੈ ਡਾਊਨਲੋਡ ਹੋ ਕੇ ਹਮੈਂ ਡਾਊਨਲੋਡ ਕਰੀ ਫਾਈਲ ਤੇ ਇਹ ਫਾਈਲ ਆਪਣੇ ਸਾਹਮਣੇ ਖੁੱਲ ਗਈ ਡਾਊਨਲੋਡ ਕਰਨ ਤੋਂ ਬਾਅਦ ਜਦੋਂ ਆਪਾਂ ਓਪਨ ਕਰਦੇ ਆ ਤਾਂ ਇਹ ਫਾਈਲ ਖੁੱਲ ਜਾਈ ਹੁਣ ਇਹਦੇ ਚ ਆ ਦੇਖੋ ਕਿਹੜੇ ਕਿਹੜੇ ਸਬਜੈਕਟ ਆਪਾਂ ਬੱਚੇ ਨੂੰ ਦਿੱਤੇ ਹੋਏ ਨੇ ਆ ਦੇਖੋ ਇੱਥੋਂ ਆਪਾਂ ਸਬਜੈਕਟ ਚੈੱਕ ਕਰ ਸਕਦੇ ਆ ਕਈ ਵਾਰੀ ਹੁੰਦਾ ਨਾ ਆਪਾਂ ਕਿਹੜੀ ਅਲਾਟਮੈਂਟ ਕਰੀਏ ਬੱਚੇ ਨੂੰ ਸਬਜੈਕਟ ਦੀ ਮੰਨ ਲਓ ਦੇਖ ਜਿਵੇਂ ਇਹ ਸੋਸ਼ਲ ਸਾਇੰਸ ਸੋਸ਼ਲ ਸਟੱਡੀ ਸਾਇੰਸ ਠੀਕ ਹੈ ਪੰਜਾਬੀ ਜਿੱਥੇ ਆਈਐਸ ਲਿਖਿਆ ਇਹ ਸਬਜੈਕਟ ਆਪਾਂ ਇਹਨੂੰ ਦਿੱਤੇ ਹੋਏ ਨੇ ਇੱਥੋਂ ਆਪਾਂ ਇਹਨੂੰ ਡਾਊਨਲੋਡ ਕਰਕੇ ਆਪਾਂ ਦੇਖ ਸਕਦੇ ਹਾਂ ਕਿਹੜੇ ਬੱਚੇ ਨੂੰ ਕਿਹੜਾ ਸਬਜੈਕਟ ਦਿੱਤਾ ਹੋਇਆ ਠੀਕ ਹੈ ਜਿਆਦਾ ਇਹ +1 +2 ਵਾਸਤੇ ਇੰਪੋਰਟੈਂਟ ਹੁੰਦਾ ਤਾਂ ਉੱਥੋਂ ਆਪਾਂ ਦੇਖ ਸਕਦੇ ਹਾਂ ਜੇ ਆਪਸ਼ਨਲ ਸਬਜੈਕਟ ਕਿਸੇ ਬੱਚੇ ਦਾ ਦੇਖਣਾ 9th ਵਾਸਤੇ ਵੀ ਜਿਵੇਂ NSQF ਵਗੈਰਾ ਦਾ ਸਬਜੈਕਟਾਂ ਦਾ ਚੱਕਰ ਪੈਂਦਾ ਆਡਾ-ਅਡਾ ਹੁੰਦੇ ਨੇ ਜਿਵੇਂ ਤਾਂ ਉਹ ਸਬਜੈਕਟ ਆਪਾਂ ਇੱਥੋਂ ਚੈੱਕ ਕਰ ਸਕਦੇ ਹਾਂ ਇਸੀ ਰਿਪੋਰਟ ਤੋਂ ਠੀਕ ਹੈ ਇਥੋਂ ਸਬਜੈਕਟ ਵਾਈਜ਼ ਆਪਾਂ ਰਿਪੋਰਟ ਇਥੋਂ ਚੈੱਕ ਕਰ ਸਕਦੇ ਆ। ਠੀਕ ਹੈ। ਅੱਗੇ ਸਟੂਡੈਂਟ اٹੈਂਡੈਂਸ ਰਿਪੋਰਟ ਆ ਇਹ ਆਨਲਾਈਨ اٹੈਂਡੈਂਸ ਵਾਲਾ ਹੈਗਾ ਆਨਲਾਈਨ اٹੈਂਡੈਂਸ ਆਪਾਂ ਜਦੋਂ ਲਗਾਉਂਦੇ ਹੁੰਦੇ ਸੀ। ਹਾਂ ਇੱਕ ਜਿਹੜਾ ਬਹੁਤ ਇੰਪੋਰਟੈਂਟ ਹੈ ਸਟੂਡੈਂਟ ਵਿਦ ਯੂਨੀਕ ਆਈਡੀ। ਇਹਦੇ ਤੇ ਕਲਿੱਕ ਕਰੋ। ਹਾਂ ਫਾਈਲ ਡਾਊਨਲੋਡ ਹੋਈ। ਤੇ ਆਪਾਂ ਉਹ ਤੇ ਕਲਿੱਕ ਕਰਿਆ ਤਾਂ ਇਹ ਫਾਈਲ ਆਪਣੇ ਸਾਹਮਣੇ ਆ ਜਾਈਗੀ ਆ ਸਟੂਡੈਂਟ ਦੀ ਯੂਨਿਕ ਆਈਡੀ ਹੈ ਜੀ ਜਿਹੜੀ ਦੇ ਨਾਲ ਆਪਣੇ ਹੁਣ ਪੈਸ ਦੇ ਪੇਪਰ ਚੱਲ ਰਹੇ ਨੇ ਇਹ ਆਈਡੀ ਆ ਉਹ ਬੱਚੇ ਦੀ ਰਿਪੋਰਟ ਦੇ ਵਿੱਚ ਜਾ ਕੇ ਆਪਾਂ ਲੱਭ ਸਕਦੇ ਜਿਵੇਂ 6ਵੀਂ ਦੇ ਬੱਚੇ ਨੇ ਸਾਰੇ ਠੀਕ ਹੈ ਪੂਰੇ ਆਪਣੇ ਸਕੂਲ ਚ ਜਿੰਨੇ ਬੱਚੇ ਨੇ ਸਾਰਿਆਂ ਦੀ ਡਿਟੇਲ ਆ ਗਈ ਸਾਰਿਆਂ ਦੀ ਆਈਡੀ ਆ ਗਈ ਠੀਕ ਹੈ ਇਹ ਆਈਡੀ ਆ ਜੀ ਬੱਚੇ ਦੀ ਸਟੂਡੈਂਟ ਆਈਡੀ ਪਹਿਲੇ ਨੰਬਰ ਤੇ ਇਹ ਆਪਾਂ ਇਸ ਨੂੰ ਵੀ ਇੱਥੋਂ ਡਾਊਨਲੋਡ ਕਰ ਸਕਦੇ ਆ ਉਸ ਤੋਂ ਬਾਅਦ ਹੈ ਮੀਡੀਅਮ ਐਂਡ ਕਲਾਸ ਵਾਈਜ਼ ਟੈਕਸਟ ਬੁੱਕ ਕਿਤਾਬਾਂ ਦੀ ਮੰਨ ਲਓ ਆਪਾਂ ਡਿਟੇਲ ਦੇਖਣੀ ਹੈ ਕਿੰਤੀਆਂ ਨੇ ਕਿੰਨੀਆਂ ਆਪਾਂ ਨੂੰ ਰਿਸੀਵ ਹੋਈਆਂ ਨੇ ਤਾਂ ਇਹਦੇ ਤੇ ਕਲਿੱਕ ਕਰੋ ਆ ਦੇਖੋ ਈ ਪੰਜਾਬ ਤੇ ਆਪਾਂ ਜਿਹੜੀ ਅਪਡੇਟ ਕਰਦੇ ਹੁੰਦੇ ਆ ਆ 6ਵੀਂ ਦੀਆਂ ਦੇਖੋ ਇੰਗਲਿਸ਼ ਦੀਆਂ ਕਿੰਨੀਆਂ ਰਿਸੀਵ ਹੋਈਆਂ ਨੇ ਠੀਕ ਹੈ ਆ ਕਲਾਸ ਵਾਈਜ਼ ਦੀ ਡਿਟੇਲ ਹੈ ਦੇਖੋ ਠੀਕ ਹੈ ਸਾਰੀਆਂ ਕਿ ਬਕਸ ਨੇ ਠੀਕ ਹੈ ਹੁਣ ਇੱਥੋਂ ਆ ਇੰਗਲਿਸ਼ ਮੀਡੀਅਮ ਹੈ ਇੱਥੋਂ ਆਪਾਂ ਪੰਜਾਬੀ ਮੀਡੀਅਮ ਦੀਆਂ ਵੀ ਕਰ ਸਕਦੇ ਆ ਇਹ ਪੰਜਾਬੀ ਮੀਡੀਅਮ ਦੀਆਂ ਇੰਨੀਆਂ ਰਿਸਿਵ ਹੋਈਆਂ ਆਪਾਂ ਨੂੰ ਜ਼ਰੂਰਤ ਪੈਂਦੀ ਹੁੰਦੀ ਹੈ ਇਹਦੀ ਕਿੰਨੀਆਂ ਬੁੱਕਸ ਆਪਾਂ ਨੂੰ ਰਿਸਿਵ ਹੋਈਆਂ ਠੀਕ ਹੈ ਆ ਸਾਰੀ ਬੁੱਕਸ ਇੰਨੀਆਂ ਰਿਸਿਵ ਹੋਈਆਂ ਦੇਖੋ ਇੱਥੋਂ ਆਪਾਂ ਬੁੱਕਸ ਦੀ ਰਿਪੋਰਟ ਕੱਢ ਸਕਦੇ ਆ ਜੀ ਸੋ ਰਿਪੋਰਟ ਵਾਲਾ ਜਿਹੜਾ ਇਹ ਟੈਬ ਹੈਗਾ ਹੈ ਬਟਨ ਹੈਗਾ ਹੈ ਇਹਦੇ ਇਹ ਬਹੁਤ ਇੰਪੋਰਟੈਂਟ ਹੈ ਕਿਸੇ ਵੀ ਤਰ੍ਹਾਂ ਦਾ ਆਪਾਂ ਨੂੰ ਡਾਟਾ ਚਾਹੀਦਾ ਆਪਾਂ ਇਸ ਨੂੰ ਇਹ ਮੈਂ ਪੀਸੀ ਤੇ ਦਿਖਾਇਆ ਤੁਹਾਨੂੰ ਇਸ ਨੂੰ ਆਪਾਂ ਫੋਨ ਤੇ ਵੀ ਖੋਲ ਸਕਦੇ ਆ ਫੋਨ ਤੇ ਵੀ ਉਸੇ ਤਰ੍ਹਾਂ ਇਹ ਰਿਪੋਰਟ ਸਾਰੀ ਆਪਾਂ ਐਕਸਲ ਚ ਖੋਲ ਸਕਦੇ ਆ ਠੀਕ ਹੈ ਸੋ ECG ਵੀਡੀਓ ਰਿਪੋਰਟ ਬਾਰੇ ਈ ਪੰਜਾਬ ਪੋਰਟਲ ਤੋਂ ਆਪਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਕਿਵੇਂ ਲੈਣੀ ਹੈ ਥੈਂਕ ਯੂ so much